ਕਰਦੇ। ਲੱਕੀ ਭਾਜੀ ਕੋਈ ਨੀ ਪਾਣੀ ਚੱਲੀ ਆਪਣੇ ਪਾਣੀ ਪੀ ਲੈ ਮਦਨ ਜੀ
ਮੋਟਰਸਾਈਕਲ ਤੇ ਆ ਜਾਓ ਜੰਮਨ ਕੋਈ ਨਾ ਤੈਨੂੰ ਮੋਟਰਸਾਈਕਲ ਤੇ ਆ ਜਾਓ ਕਰ ਦੋ ਚੱਕੇ ਚੱਕੇ ਚਾਕੂ ਕਿੱਥੇ ਬਾਬਾ ਜੀ ਚਾਕੂ ਆਣਾ ਸਮਾਨ ਚ ਇੱਥੇ ਉਹ ਆਟੋ ਦੇ ਵਿੱਚ ਹੈਗਾ ਮੇਰੇ ਨਾਲ ਉਹ ਸਮਾਨ ਦੇ ਵਿੱਚ ਲਿਖਾਇਆ ਹੁੰਦਾ ਚਾਕੂ ਹੁੰਦਾ ਵੀ ਜੇ ਉਹ ਕੰਧ ਲੈ ਆਈ ਨਾ ਖੋਲ ਦਿਓ ਕੋਈ ਖੋਲ ਦੇ ਕੋਈ ਕਿਤੇ ਚੱਲ ਪਿੱਛੇ ਚਾਹਣ ਤੇ ਚਲੋ ਸੰਸਕਾਰ ਦੇ ਜੇ ਬੜੀ ਧੁੱਪੜੀ ਖੜੀ ਹੈ ਕੋਈ ਮੈਂ ਸ਼ਬਦ ਕਹਿਣ ਨੂੰ ਮਨ ਨਹੀਂ ਕਰਦਾ ਪਿਛਲੇ ਬੜੇ ਲੰਬੇ ਸਮੇਂ ਤੋਂ ਇਕੱਠੇ ਸਵੇਰੇ ਰਾਤ ਵਿੱਚ ਰਹੇ ਸੀ ਜੋ ਦੁਖਦਾਈ ਘਟਨਾ ਵਾਪਰੀ ਹੈ ਸਾਡੀ ਦੇ ਅਰਦਾਸ ਸੀ ਅਕਾਲ ਪੁਰਖ ਅੱਗੇ ਇਹਨਾਂ ਨੂੰ ਚਰਨਾਂ ਦੇ ਵਿੱਚ ਨਿਵਾਸ ਦੇਵੇ ਵਾਹਿਗੁਰੂ ਪਰਿਵਾਰ ਨੂੰ ਉਹਨਾਂ ਦੇ ਸੰਗੀ ਸਾਥੀਆਂ ਨੂੰ ਸਾਰਿਆਂ ਨੂੰ ਭਾਰ ਪਾਹਾ ਮੰਨਣ ਦਾ ਸ਼ਕਤੀ ਦੇਵੇ ਜੋ ਇਸ ਦੁੱਖ ਨੂੰ ਸਾਰੇ ਸਹਿ ਸਕਣ ਬਾਕੀ ਪ੍ਰੈਸ ਕਲੱਬ ਸਾਰਾ ਮਿੱਤਰ ਅਜੀਤ ਅਦਾਰਾ ਇਹਨਾਂ ਦੇ ਪਰਿਵਾਰ ਦੇ ਨਾਲ ਖੜਾ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਕੋਈ ਲੋੜ ਹੋਵੇਗੀ ਅਸੀਂ ਸਾਰੇ ਨੇ ਭਰਾ ਬਣ ਕੇ ਪਰਿਵਾਰ ਦੇ ਨਾਲ ਖੜਾਂਗੇ ਮੈਂ ਫਿਰ ਦੁਬਾਰਾ ਇਹਨਾਂ ਨੂੰ ਅੱਜ ਇਹੀ ਮੈਸੇਜ ਸੰਗੀਤ ਸਰਕਾਰ ਜੀ ਹੋਏਗੀ ਕਿ ਕਾਰ ਪੁਰਖ ਵਾਹਿਗੁਰੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕੇ ਦੁਖੀ ਹੈ ਵਿਚਲਿਤ ਹੈ ਕਿ ਸਾਡੇ ਵੀਰ ਪੱਤਰਕਾਰ ਲਕਸ਼ਮਣ ਦੋਸ ਜੀ ਸਾਡੇ ਵਿਚਕਾਰ ਨਹੀਂ ਰਹੇ ਉਹਨਾਂ ਦੀ ਸਮਾਜ ਨੂੰ ਪੱਤਰਕਾਰਤਾ ਦੇ ਖੇਤਰ ਵਿੱਚ ਸਮਾਜਿਕ ਖੇਤਰ ਦੇ ਵਿੱਚ ਬੜੀ ਜਿਹੜੀਆਂ ਉਹਦੀਆਂ ਉਹਨਾਂ ਦੀਆਂ ਦੇਣ ਨੇ ਅਤੇ ਉਹਨਾਂ ਦਾ ਇਹ ਸਮੇਂ ਚਲੇ ਜਾਣਾ ਜਿੱਥੇ ਪਰਿਵਾਰ ਨੂੰ ਅਤੇ ਸਮਾਜ ਨੂੰ ਘਾਟਾ ਹੋਇਆ ਉੱਥੇ ਮੈਨੂੰ ਨਿੱਜੀ ਰੂਪ ਦੇ ਵਿੱਚ ਵੀ ਬਹੁਤ ਘਾਟਾ ਪਿਆ ਅਤੇ ਮੈਂ ਪਰਮ ਪਿਤਾ ਪਰਮਾਤਮਾ ਅੱਗੇ ਵੀ ਇਹੀ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਸਥਾਨ ਦੇਵੇ ਅਤੇ ਪਿੱਛੇ ਰਹੇ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜਾ ਦੁੱਖ ਪਾਉਣਾ ਜਿਹੜਾ ਭਤੀਜਾ ਹੈ ਉਹਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ ਅਤੇ ਮੈਂ ਫਾਜ਼ਿਲਕਾ ਪ੍ਰੈਸ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਇਹ ਆਸ਼ਵਾਸਨ ਵੀ ਦਿੰਦਾ ਪਰਿਵਾਰ ਨੂੰ ਕਿ ਉਹ ਉਹਨਾਂ ਦੇ ਨਾਲ ਹਮੇਸ਼ਾ ਇਸ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਅਤੇ ਹਮੇਸ਼ਾ ਉਹਨਾਂ ਦੀ ਮਦਦ ਕਰਦਾ ਧੰਨਵਾਦ ਮੇਰਾ ਨਾਮ ਕ੍ਰਿਸ਼ਨ ਤਨੇਜਾ ਕ੍ਰਿਸ਼ਨ ਕੀ ਗੱਲ ਹੋਈ ਹੈ ਲਕਸ਼ਮਣ ਦੋਸਤ ਜੀ ਦੇ ਬਾਰੇ ਤੁਸੀਂ ਦੱਸ ਰਹੇ ਸੀਗੇ ਪਿਛਲੇ ਸਾਲ ਇਸੇ ਦਿਨ ਤੁਸੀਂ ਜਿਹੜਾ ਇਸੇ ਦਿਨ 11 ਜੂਨ ਨੂੰ 2023 ਨੂੰ ਅਸੀਂ ਇਕੱਠੇ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਏ ਸੀਗੇ ਅੱਜ ਉਹ 11 ਜੂਨ ਹੈ ਇੱਕ ਸਾਲ ਦੇ ਸਾਨੂੰ ਛੱਡ ਕੇ ਚਲਾ ਹੈ 15 ਦਿਨ ਬੱਚੇ ਖਤਮ ਹੋ ਗਏ ਮਿਲ ਕੇ ਆਏ ਸੀ ਪਰਸੋਂ ਤਾਂ ਫਿਰ ਉਦੋਂ ਕੀ ਗੱਲਬਾਤ ਹੋਈ ਕੋਈ ਉਹਨਾਂ ਨਾਲ ਗੱਲਬਾਤ 3 ਘੰਟੇ ਮੈਂ ਉਹਦੇ ਕੋਲ ਰਿਹਾ ਬਹੁਤ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਦਵਾਈਆਂ ਦਾ ਇੰਨਾ ਨਸ਼ਾ ਸੀਗਾ ਗੱਲਬਾਤ ਨਹੀਂ ਹੋ ਪਾਈ ਲਾਸਟ ਟਾਈਮ ਦੇ ਵਿੱਚ ਉਹਨੇ ਜਿਹੜਾ ਬੱਚਿਆਂ ਨੂੰ ਨਾਂ ਲੈ ਕੇ ਬੁਲਾਇਆ ਗੱਲਬਾਤ ਕੀਤੀ ਸ਼ਾਮ ਨੂੰ ਕੱਲ੍ਹ 6 ਵਜੇ ਅਖੀਰਲੀ ਜਿਹੜੀ ਸਾਹ ਲਈ ਹੈ ਖਤਮ ਕਰਕੇ ਸਾਨੂੰ ਛੱਡ ਕੇ ਚਲੇ ਗਏ